ਤੁਸੀਂ ਸਬਸਕ੍ਰਾਈਬ ਕਰੋ ਇਸ MHONE ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਜਿਹੜੀ ਆਈ ਸੀ ਪਸੰਦ ਪੜਦੀ ਸੀ ਉਹ ਹੁਣ ਦੇਖ ਦੇਖ ਮਚੇ ਜਿਹੜੀ ਕਹਿੰਦੀ ਸੀ ਗੱਲ ਨਹੀਂ ਉਹ ਕਰਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਲੈ ਕੇ ਹਾਜ਼ਰ ਹੋ ਚੁੱਕੇ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ ਜਿਹਦਾ ਨਾਮ ਹੈ ਜੀ ਕੰਟੀਨੀ ਮੰਡੀਰ। ਕੰਟੀਨੀ ਮੰਡੀਰ। ਉਹ ਬੱਲੇ ਬੱਲੇ ਬੱਲੇ, ਉੱਤੋਂ ਰੰਗ ਕਾਲਾ, ਉੱਤੋਂ ਐਨਕਾਂ ਨੀਲੀਆਂ। ਬਹੁਤ ਬਹੁਤ ਫਬਰੇ ਹੋ ਬਾਈ ਜੀ, ਬਹੁਤ ਫਬਰੇ ਹੋ। ਚਲੋ ਜੀ, ਅੱਜ ਅਸੀਂ ਹੈਗੇ ਹਾਂ ਜੀ ਅਰਨੀ ਯੂਨੀਵਰਸਿਟੀ ਦੇ ਵਿੱਚ, ਜਿਹੜਾ ਕਿ ਹਿਮਾਚਲ ਦੇ ਵਿੱਚ ਪੈਂਦਾ ਇੰਦੌੜਾ। ਇੰਦੌੜਾ ਜੀ, ਹਾਂਜੀ, ਕਾਠਗੜ੍ਹ। ਤੁਹਾਡਾ ਸ਼ੋਅ ਤੁਹਾਡੇ ਕਹਿਣ 'ਤੇ ਚੱਲੂ, ਕਾਠਗੜ੍ਹ ਦੇ ਵਿੱਚ ਪੈਂਦਾ ਜੀ, ਪਠਾਨਕੋਟ ਤੋਂ 15-20 ਕਿਲੋਮੀਟਰ ਦੂਰ ਹੈ। ਸੋ ਕੰਟੀਨੀ ਮੰਡੀਰ ਇਜ਼ ਪ੍ਰੈਜੈਂਟ ਬਾਏ ਪਿਓਰ ਰੂਟਸ ਗੋਲਡ ਕਰੀਮ ਬਲੀਚ, ਅਤੇ ਕਰਦੇ ਹਾਂ ਜੀ ਸ਼ੁਰੂ ਗੱਲਬਾਤ। ਆਓ ਜੀ, ਕੀ ਨਾਂ ਤੁਹਾਡਾ? ਆਂਚਲ। ਮੇਰਾ ਪਿੰਡ ਨਾ ਇੱਧਰ ਪੈਂਦਾ ਗੁਰਦਾਸਪੁਰ ਵਾਲੇ ਪਾਸੇ। ਸ਼ਹਿਰਾਂ ਦੇ ਵਿੱਚ ਜਦੋਂ ਮਿਠਾਈ ਰੱਖਦੇ ਆ ਨਾ, ਉਹ ਦੋ ਤਰ੍ਹਾਂ ਦੀ ਮਿਠਾਈ ਰੱਖਦੇ ਆ, ਇੱਕ ਤਾਂ ਰਸਗੁੱਲਾ, ਇੱਕ ਗੁਲਾਬ ਜਾਮਣ। ਇਹ ਉਹ ਨਹੀਂ ਹੈਗਾ ਪਿੰਡਾਂ 'ਚ, ਇੱਕ ਤੀਜੀ ਮਿਠਾਈ ਹੁੰਦੀ ਹੈ ਗੁਲਾਬੀ ਰੰਗ ਦਾ ਰਸਗੁੱਲਾ, ਵਿੱਚ ਚਿੱਟਾ ਜਿਹਾ ਕੱਟ ਜਿਹਾ ਪਾਇਆ ਹੁੰਦੀ ਹੈ ਨਾ, ਕੀ ਚਮ 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 ਚਮ, ਇਹ ਚਮ ਚਮ ਹੈ। ਕਿਆ ਨਾਮ ਹੈ? ਆਂਚਲ। ਆਂਚਲ ਜੀ, ਪਰਿਵਾਰ 'ਚ ਕੌਣ ਕੌਣ ਹੈ? ਮੰਮਾ, ਪਾਪਾ, ਦਾਦੀ। ਓਕੇ, ਭੈਣ ਭਰਾ? ਨਹੀਂ, ਇਕੱਲੇ ਇਕੱਲੇ। ਹਾਂਜੀ। ਓਕੇ ਓਕੇ, ਇਕੱਲਾ ਹੀ ਚਮ ਚਮ ਸਾਹਮਣਾ ਔਖਾ ਹੈ। ਪਿਓਰ ਰੂਟਸ ਵੱਲੋਂ ਤੁਹਾਨੂੰ ਗਿਫਟ ਹੈਂਪਰ, ਖੁਸ਼ ਰਹੋ, ਬਾਬੇ 'ਚ ਰੱਖੀ ਦੇਣ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿੱਦਾਂ ਭਲਵਾਨ ਜੀ? ਬਹੁਤ ਵਧੀਆ। ਅੱਛਾ, ਕਿੱਦਾਂ ਦੇ ਆਉਂਦੇ ਨੇ ਨਾ, ਪਹਿਲਾਂ ਐਡਾ ਤਕੜਾ ਬੰਦਾ, ਦੂਜੀ ਜਮਾ ਹੀ ਉਹ ਨਾਰਮਲ ਕਿੱਧਰ ਗਏ ਮੇਰੇ ਵਰਗੇ ਕਿੱਥੇ ਪਤਲੇ ਤੋਂ। ਹਾਂ, ਸਾਦਾ। ਹੋਰ ਸੁਣਾਓ? ਬਸ ਬੜਿਆ। ਕੀ ਨਾਂ ਤੁਹਾਡਾ? ਤਮੰਨਾ। ਤਮੰਨਾ, ਕਿੱਥੇ ਰਹਿੰਦੇ ਹੋ? ਹਮੀਰਪੁਰ। ਹਮੀਰਪੁਰ, ਹਾਂਜੀ, ਹਿਮਾਚਲ ਦੇ ਵਿੱਚ। ਹਾਂਜੀ। ਤੇ ਇੱਥੋਂ ਕਿੰਨਾ ਚਿਰ ਲੱਗਦਾ ਹਮੀਰਪੁਰ ਜਾਣ ਲੱਗਿਆ? ਵੈਸੇ ਤਾਂ 5 ਆਵਰਸ ਲੱਗਦੇ। ਵੈਸੇ 5 ਆਵਰਸ ਲੱਗਦੇ ਹੈ, ਐਸੇ ਪਤਾ ਨਹੀਂ ਕਿਤਨੇ ਲੱਗਦੇ ਹੈ, ਐਸੇ ਕਿਤਨੇ ਲੱਗਦੇ ਹੈ, ਨਹੀਂ ਬਤਾਓ। ਨਹੀਂ, ਮੈਂ ਆਪਣੇ ਮਾਮੂ ਜੀ ਕੇ ਯਹਾਂ ਰਹਿਤੀ ਹੂੰ, ਤੋ ਵਹਾਂ ਏਕ ਆਰ ਲਗਤਾ ਹੈ, ਬਨਾ ਲਗਤਾ ਹੈ। ਅੱਛਾ, ਯਹਾਂ ਮਾਮੂ ਜੀ ਕੇ ਪਾਸ ਰਹਿਤੇ ਹੋ, ਮਾਮੂ ਜੀ ਕਿਆ ਕਰਤੇ ਹੈਂ? ਉਨਕਾ ਬਿਜ਼ਨੈਸ ਹੈ ਆਪਣਾ, ਇਲੈਕਟ੍ਰੀਸ਼ਨ। ਓਕੇ ਓਕੇ, ਮਾਮੂ ਜੀ ਕੋ ਤੰਗ ਕਰ ਰਹੇ ਹੋ ਅੱਜ ਕੱਲ? ਮੈਂ ਤੰਗ ਨਹੀਂ ਕਰਤੀ। ਤੰਗ ਨਹੀਂ ਕਰਤੀ? ਹੋਰ ਤੁਹਾਡਾ ਸ਼ੌਂਕ ਜੀ? ਡਾਂਸਿੰਗ। ਹੈਂਜੀ, ਡਾਂਸਿੰਗ। ਅੱਛਾ, ਡਾਂਸਿੰਗ ਕਰਕੇ ਦਿਖਾਓਗੇ ਜੀ ਡਾਂਸ ਸਾਨੂੰ? ਬਿਲਕੁਲ। ਓਕੇ ਓਕੇ, ਵਧੀਆ ਜੀ ਵਧੀਆ, ਮਾਮੇ ਦੇਖ ਰਹੇ ਹੋਣਗੇ ਵੀ ਭਾਣ ਜੀ ਕਮਾਲ ਕਰ ਰਹੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ? ਸੰਨੀ। ਸੰਨੀ, ਕਿੱਥੇ ਰਹਿੰਦੇ ਹੋ? ਇੰਦੌਰੇ। ਇੰਦੌਰੇ ਜੀ? ਹਾਂਜੀ। ਘਰ ਪਰਿਵਾਰ ਇੱਥੇ ਹੀ? ਹਾਂਜੀ। ਹੋਰ ਸ਼ੌਂਕ? ਸ਼ੌਂਕ ਬੜੇ ਆ। ਸ਼ੌਂਕ ਬੜੇ ਆ ਕਹਿੰਦਾ, ਕਿਹੜੇ ਕਿਹੜੇ ਆ? ਬੜੇ ਬੜਿਆਂ 'ਚ ਕੀ ਕੁਛ ਆਉਂਦਾ? ਬੜਿਆਂ 'ਚ ਯੂਨੀਵਰਸਿਟੀ ਖਰੀਦਣੀ ਬਸ। ਯੂਨੀਵਰਸਿਟੀ ਖਰੀਦਣੀ ਹੈ, ਬਹੁਤ ਵਧੀਆ। ਅੱਛਾ, ਹੋਰ ਗਾਉਣ ਦਾ ਸ਼ੌਂਕ? ਹਾਂਜੀ, ਆਪਣਾ ਲਿਖਦਾ ਗਾਣਾ। ਸੁਣਾਓ ਸੁਣਾਓ ਸੁਣਾਓ। ਮੈਂ ਜਿਨ੍ਹਾਂ ਦਾ ਲੈਕਚਰ ਲਾ ਨਹੀਂ ਸਕਿਆ, ਉਹਨਾਂ ਤੋਂ ਮਾਫੀ ਚਾਹੁੰਦਾ। ਮੈਂ ਜਿਹੜੀ ਕੁੜੀ ਫਸਾ ਨਹੀਂ ਸਕਿਆ, ਉਹਨਾਂ ਤੋਂ ਮਾਫੀ ਚਾਹੁੰਦਾ। ਐਚਓਡੀ ਸਰ ਨੇ ਬਹੁਤ ਸਤਾਇਆ, ਜਿੱਥੇ ਟਕਰਿਆ ਉੱਥੇ ਢਾਇਆ। ਕਹਿੰਦਾ ਕਾਕਾ ਕੁੜੀਆਂ ਛੇੜੇ, ਕੰਮ ਤੇਰਾ ਨਹੀਂ ਮੈਨੂੰ ਲੋਟ ਆਇਆ। ਥੈਂਕ ਯੂ ਸੋ ਮਚ। ਹਾਂਜੀ, ਧੂਪ ਜ਼ਿਆਦਾ ਨਾ, ਤੋ ਪਹਿਲੇ ਹੀ ਸ਼ੁਰੂਆਤ ਕਰ ਲੈਂਦੇ। ਜ਼ਿਆਦਾ ਹੈ? ਹਾਂ, ਲੱਗ ਨਹੀਂ ਰਹੀ ਸਾਨੂੰ। ਕਿੱਥੇ ਰਹਿੰਦੇ ਹੋ? ਜੰਮੂ ਤੋਂ। ਜੰਮੂ ਤੋਂ? ਕੀ ਨਾਂ ਤੁਹਾਡਾ? ਰੁਕਸਾਨਾ। ਹਾਂਜੀ, ਰੁਕਸਾਨਾ। ਰੁਕਸਾਨਾ, ਓਕੇ, ਕੀ ਆਇਆ ਸੁਣਾਣਾ? ਕੁਝ ਸੁਣਾਣਾ ਜਾਂ ਡਾਂਸ ਕਰਕੇ ਦਿਖਾਣਾ? ਬੋਲੋ ਰੁਕਸਾਨਾ। ਮੈਨੂੰ ਲੱਗਦਾ ਇਹ ਲਗਾਏਗੀ ਕੋਈ ਬਹਾਨਾ। ਨੋ। ਅੱਛਾ, ਇਹ ਜੋ ਪਹਿਨਾ, ਇਹ ਕਿਆ ਹੈ? ਆਪਕੋ ਕਿਆ ਲੱਗ ਰਿਹਾ? ਮੁਝੇ ਤੋ ਬਸ ਜਾਂ ਤੋ ਜੀਨ ਕਾ ਪਤਾ ਹੈ, ਜਾਂ ਮੁਝੇ ਸਲਵਾਰ ਕਾ ਪਤਾ ਹੈ, ਯੇ ਪਤਾ ਨਹੀਂ ਲੱਗ ਰਿਹਾ। ਮੇਰੀ ਮੰਮਾ ਨੇ ਗਿਫਟ ਕੀਆ ਥਾ। ਕਿਆ ਕਹਤੇ ਹੈ? ਲੌਂਗ ਮੇ ਕੁਰਤੀ ਦੇ ਦੋ। ਲੌਂਗ ਮੇ ਕੁਰਤੀ? ਹਾਂ। ਅੱਛਾ ਅੱਛਾ,
मेरे तो ये ना लगे जब लॉन्ग में कुत्ती दे दो जी। दुकान में जाके वो मिलेंगी क्या आपको? अच्छा लॉन्ग में कुर्ती जी। हाँ। चलो बहुत बढ़िया बहुत बढ़िया। सुनाओ जी मेरा गाना सुनाओ लगे जी। हमको मिली है आज ये घड़ियां नसीब से, जी भर के देख लीजिए हमको करीब से, फिर आपके नसीब में ये बात हो ना हो, शायद फिर से जन्म काफी दिल देख रही है, काफी दिल देख रही मुलाकात हो ना हो। थैंक यू। मुझे डांस भी करना और आपके साथ करना। अच्छा हम रोने तो बाद नचना भी है नहीं? हाँ बिल्कुल। ओके ओके बिल्कुल। ਮੈਂ ਦੇਖਿਆ ਮੈਂ ਕਿਹਾ ਯਾਰ ਬਾਂਦਰਾ ਯਾਰ ਤੇਰੇ ਨਾਲ ਇੰਨੀ ਸੋਹਣੀ ਕੁੜੀ ਕਿੱਥੋਂ ਸੈੱਟ ਹੋ ਗਈ? ਪਿੱਛੋਂ ਪਿੱਛੋਂ ਬਾਹਰ ਦੇਖ ਕੇ ਕਹਿਤਾ ਤੂੰ? ਜੀਨ ਪਾਈ ਦੀ ਕੁੜੀ ਜਮਾਂ ਹੀ ਬੰਬ।
ਅੱਛਾ ਹਜੇ ਤੂੰ ਮੂੰਹ ਨਹੀਂ ਦੇਖਿਆ ਬਸ ਐ ਬਾਲਾ ਬੂਲਾ ਐਸਟੀਮੇਟ ਲਾ ਲਿਆ ਜੀ ਪੂਰਾ 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 ਮੈਨੂੰ ਲੱਗਿਆ ਵੀ ਯਾਰ ਸੁੰਡੀ ਇੰਨੀ ਸੋਹਣੀ ਇੰਨੀ ਸੋਹਣੀ ਮੈਂ ਕਿਹਾ ਹੱਦੂ ਲਾਂ ਤੇ ਹਟ ਜੰਮਣ ਦੇ ਤੇ ਜਿੱਦਾਂ ਹੀ ਕੁੜੀ ਨੇ ਪਿੱਛੇ ਨੂੰ ਮੂੰਹ ਕੀਤਾ ਨਾ ਸ਼ੇਰਾਂ ਦੀ ਮਾਤਾ ਜੀ ਸੌਂ ਮੈਂ ਅੱਜ ਤੱਕ ਉਲਟੀ ਨਹੀਂ ਮਾਰੀ ਭਾਜੀ ਪਹਿਲੀ ਵਾਰੀ ਮੈਨੂੰ ਉਲਟੀ ਆਈ ਪਹਿਲੀ ਵਾਰ ਜ਼ਿੰਦਗੀ 'ਚ ਉਲਟੀ ਪਹਿਲੀ ਵਾਰੀ ਉਲਟੀ ਆਈ ਉਦੋਂ ਕੁੜੀ ਦਾ ਦੰਦ ਬਾਹਰ ਨੂੰ ਮੈਂ ਕਿਹਾ ਯਾਰ ਬਾਕੀ ਗੱਲਾਂ ਠੀਕ ਹੈ ਭਾਬੀ ਖਾਣ ਤਾਂ ਨਹੀਂ ਪੈਂਦੀ ਬਾਕੀ ਰਹੀ ਮਾਸਟਰਾਂ ਦੀ ਗੱਲ ਭਾਈ ਮੈਨੂੰ ਨਾ ਮਾਸਟਰਾਂ ਦੇ ਨਾ ਗੁੱਸਾ ਆਉਂਦਾ ਨਾ ਕਈ ਵਾਰੀ ਮੈਂ ਕਹਿੰਦਾ ਮਾਸਟਰ ਬਿਲਕੁਲ ਗਲਤ ਪੜ੍ਹਾਉਂਦੇ ਆ ਕਿਵੇਂ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਆਉਣੀ ਵੀ ਨਹੀਂ ਆਉਣੀ ਨਹੀਂ ਇਹ ਸਾਡਾ ਜਨਮ ਸਿੱਧ ਅਧਿਕਾਰ ਆ ਠੀਕ ਆ ਇਹ ਨਹੀਂ ਆਉਣੀ ਹਾਂਜੀ ਇਹ ਤਾਂ ਅੰਗਰੇਜ਼ ਫਾਹਾ ਦੇ ਗਏ ਹਾਂਜੀ ਆਪ ਚੱਲ ਗਏ ਅੰਗਰੇਜ਼ੀ ਛੱਡ ਗਏ ਆ ਤੇ ਸਾਨੂੰ ਕਹਿੰਦੇ ਪੁੱਤਰ ਤੁਸੀਂ ਅੰਗਰੇਜ਼ੀ ਸਿੱਖਣੀ ਆ ਨਾ ਅੰਗਰੇਜ਼ੀ ਵਾਲੀਆਂ ਫਿਲਮਾਂ ਦੇਖੋ ਤੇ ਨਿਊਜ਼ ਪੇਪਰ ਪੜ੍ਹੋ ਤੇ ਵਿਊਨ ਪੜ੍ਹੋ ਠੀਕ ਆ ਜੀ ਟ੍ਰਿਬਿਊਨ ਪੜ੍ਹ ਲਈ ਟ੍ਰਿਬਿਊਨ ਪੜ੍ਹ ਲਈ ਨਹੀਂ ਫਿਲਮਾਂ ਵੀ ਦੇਖੀਆਂ ਨਹੀਂ ਗੱਲ ਸੁਣੋ ਮੈਂ ਫਿਲਮਾਂ ਵੀ ਦੇਖੀਆਂ ਸ਼ੇਰਾਂ ਵਾਲੀ ਮਾਤਾ ਜੀ ਸੋ ਅੰਗਰੇਜ਼ੀ ਤਾਂ ਨਹੀਂ ਆਈ ਪਰ ਕੁਛ ਹੋਰ ਹੀ ਸਿੱਖ ਗਿਆ ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮਾਈਸੈਲਫ ਪ੍ਰਿਆ ਅੱਛਾ ਅੱਛਾ ਅੰਗਰੇਜ਼ੀ ਵੀ ਆ ਰਹੀ ਹੈ ਕਿੱਥੇ ਰਹਿੰਦੇ ਹੋ ਨੂਰਪੁਰ ਨੂਰਪੁਰ ਕਿੰਨੇ ਕਿਲੋਮੀਟਰ ਇੱਥੋਂ 40 ਅਪਰੋਕਸੀਮੇਟ ਕੀ ਸ਼ੌਂਕ ਹੈ ਤੁਹਾਡੇ ਬਹੁਤ ਜ਼ਿਆਦਾ ਹੈ ਕੌਣ ਕੌਣ ਸੇ ਐਂਕਰਿੰਗ ਡਾਂਸਿੰਗ ਸਿੰਗਿੰਗ ਓਕੇ ਐ ਫਿਰ ਤੁਸੀਂ ਹੁਣ ਕੰਟੀਨੀ ਮੰਡੀਰ ਤੁਸੀਂ ਕਰਨਾ ਨਹੀਂ ਕੰਟੀਨੀ ਮੰਡੀਰ ਨਹੀਂ ਮੈਂ ਖੁਦ ਸੇ ਕਰੂੰਗੀ ਨਹੀਂ ਨਹੀਂ ਤੁਸੀਂ ਕੰਟੀਨੀ ਮੰਡੀਰ ਕਰਨਾ ਹੈ ਤੁਹਾਡਾ ਕੀ ਨਾਮ ਹੈ ਪ੍ਰਿਆ ਮੈਂ ਪ੍ਰਿਆ ਵੈਰੀ ਗੁੱਡ ਆਫਟਰਨੂਨ ਟੂ ਆਲ ਆਫ ਯੂ ਵੈਲਕਮ ਯੂ ਆਲ ਇੰਨੀ ਅੰਗਰੇਜ਼ੀ ਤਾਂ ਮੈਂ ਇਕੱਠੀ ਕਦੇ ਨਹੀਂ ਬੋਲੀ ਚੱਲ ਮੇਰੇ ਰਵਨੀਤ ਵੈਰੀ ਗੁੱਡ ਆਫਟਰਨੂਨ ਟੂ ਆਲ ਆਫ ਯੂ ਵੈਲਕਮ ਯੂ ਆਲ ਇਨ ਦ ਆਰਨੀ ਯੂਨੀਵਰਸਿਟੀ ਬਾਤ ਕਰਤੇ ਹੈ ਪ੍ਰਿਆ ਸੇ ਆਈਏ ਕਿਆ ਨਾਮ ਹੈ ਆਪਕਾ ਮਾਈਸੈਲਫ ਪ੍ਰਿਆ ਆਈ ਐਮ ਫਰੋਮ ਨੂਰਪੁਰ ਕਿਆ ਸ਼ੌਂਕ ਹੈ ਆਪਕੇ ਕਾਫੀ ਹੈ ਮੇਨ ਵਾਲਾ ਕੌਣ ਸਾ ਹੈ ਮੇਨ ਵਾਲਾ ਕੌਣ ਸਾ ਮੇਨ ਵਾਲਾ ਐਂਕਰਿੰਗ ਡਾਂਸਿੰਗ ਮੈਨੇ ਐਸੇ ਨਹੀਂ ਬੋਲਾ ਥਾ ਐਂਕਰਿੰਗ ਡਾਂਸਿੰਗ ਸਿੰਗਿੰਗ ਅੱਛਾ ਆਪ ਕੀ ਕਰेंगे ਐਂਕਰਿੰਗ ਕਰੋ ਖੁਸ਼ ਰਹੋ ਤੇ ਹਾਂਜੀ ਬਹੁਤ ਬੜੀ ਸੁੰਦਰ ਹੈ ਅੱਛਾ ਘੜੀ ਬਹੁਤ ਸੁੰਦਰ ਹੈ ਓਕੇ ਓਕੇ ਇਹਨੇ ਇਹ ਨਹੀਂ ਕਿਹਾ ਵੀ ਆਪ ਅੱਛਾ ਬੋਲ ਲੈਤੇ ਹੋ ਜਾਂ ਬਾਈ ਬਾਈ ਠੀਕ ਹੈ ਵਾਚ ਬੜੀ ਸੁੰਦਰ ਹੈ ਜਿਵੇਂ ਵੱਡਾ ਕਲਾਕਾਰ ਕਹਿੰਦੇ ਹੁੰਦੇ ਨਾ ਅੱਛਾ ਸੁੰਦਰ ਲੱਗੀ ਤੂੰ ਮੈਂ ਵੀ ਦੇ ਦਿੱਤਾ ਹੂੰ ਮੈਂ ਨਹੀਂ ਕਰਦਾ ਜਿਹੜੇ ਵੱਡੇ ਕਲਾਕਾਰ ਐਂਕ ਦਿੰਦੇ ਨਾ ਵੀ ਉਹ ਘਰੇ ਆ ਕੇ ਸੋਚਦੇ ਹੋਣਗੇ ਯਾਰ ਉਹ ਆਈ ਸੀ ਇੱਕ ਘੜੀ ਲੈ ਘੜੀ ਸੋਹਣੀ ਹੈ ਨਾ ਬਸ ਦੂਰ ਖੜ ਕੇ ਦੇਖੋ 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 ਮੇਰਾ ਪੁੱਤ ਸ਼ਾਬਾਸ਼ ਲੱਗ ਰਹੀ ਹੈ ਸੋਹਣੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਵੀਰੇ ਜਸਕਰਨ ਮੇਰਾ ਨਾਮ ਹੈ ਓਕੇ ਜੀ ਬਹੁਤ ਸੋਹਣੀ ਲੱਗ ਰਹੇ ਹੋ ਸੋਹਣੀ ਪੱਗ ਤੁਹਾਡੀ ਸੋਹਣੀ ਦਸਤਾਰ ਤੁਸੀਂ ਸਜਾਈ ਹੋਈ ਹੈ ਕਿੱਥੇ ਰਹਿੰਦੇ ਹੋ ਮੈਂ ਤਲਵਾੜੇ ਰਹਿੰਦਾ ਡਿਸਟ੍ਰਿਕਟ ਹੁਸ਼ਿਆਰਪੁਰ ਅੱਛਾ ਭਾਈ ਜਦੋਂ ਛੋਟੇ ਹੁੰਦੇ ਆ ਹਾਂਜੀ ਜੀ ਤੁਹਾਨੂੰ ਡੈਡ ਤੋਂ ਝਿੜਕਾਂ ਪੈਂਦੀਆਂ ਸੀਗੀਆਂ ਬਹੁਤ ਜੀ ਮੰਮੀ ਬਚਾਉਂਦੇ ਸੀ ਵੀ ਬਹੁਤ ਜੀ ਤੁਸੀਂ ਆਓ ਭਾਈ ਤੁਹਾਡਾ ਕੀ ਨਾਮ ਹੈ ਜਸਕਰਨ ਜਸਕਰਨ ਤੁਸੀਂ ਜਸਕਰਨ ਦੇ ਡੈਡੀ ਮੈਂ ਜਸਕਰਨ ਦੀ ਮੰਮੀ ਇਹ ਜਸਕਰਨ ਠੀਕ ਹੈ ਜੀ ਤੁਸੀਂ ਇਹਨੂੰ ਝਿੜਕਾਂ ਮਾਰਦੇ ਵੇਸ ਗਏ ਹਨਾ ਮੈਂ ਬਚਾ ਲਿਆ ਵੀ ਨਹੀਂ ਪੁੱਤ ਨੂੰ ਕੁਝ ਨਹੀਂ ਕਹਿ ਦੇਣਾ ਓਏ ਕੀ ਗੱਲ ਹੈ ਕੀ ਹੈ ਤੈਨੂੰ ਕੀ ਹੈ ਪੜ੍ਹੇ ਪੜ੍ਹੇ ਹੋ ਜਾ ਮੈਂ ਕਰ ਲੈਣਾ ਜੀ ਆਹ ਚੱਕਰ ਗਿਆ ਹੁਣ ਤੇਰਾ ਪੇ ਮੈਂ ਹੀ ਆ ਮੰਮੀ ਨੇ ਪੁੱਛਿਆ ਕੋਈ ਨਾ ਉਹ ਹੈਗਾ ਤੇ ਇਹੀ ਹੈ ਸਾਲਿਆ ਠੀਕ ਨਾ ਵਾਰ ਮੈਂ ਦੇਣੀ ਨੀ ਆਜੋ ਸਰ ਕੋਈ ਗੱਲ ਨੀ ਚਲੋ 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 ਸ਼ਾਬਾਸ਼ ਖੜੋ ਐਂ ਬਸ ਐਂ ਪਿਆਰ ਹੀ ਹੁੰਦਾ ਸਭ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੁਬਾਰਾ ਸਤਿ ਸ਼੍ਰੀ ਅਕਾਲ ਬਾਬਾ ਜੀ ਫੇਰ ਸਤਿ ਸ਼੍ਰੀ ਅਕਾਲ ਫੇਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤਲਵਿੰਦਰ ਸਿੰਘ ਕਿੱਥੇ ਰਹਿੰਦੇ ਹੋ ਗੁਰਦਾਸਪੁਰ ਤੋਂ ਮੇਰਾ ਗੀਤ ਰਿਲੀਜ਼ ਹੋ ਰਿਹਾ ਵੀਡੀਓ ਸ਼ੂਟ ਕਰ ਰਹੇ ਹਾਂ ਥੋੜੇ ਦਿਨ ਤੱਕ ਉਹ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਾਬਾ ਜੀ ਮਿਹਰ ਕਰਨਾ ਦਿਲ ਮੇਰੇ ਨੇ ਸੀ ਜਿੱਦ ਆਖਰਾਂ ਦੀ ਕਰਤੀ ਉਹਦੀ ਰੋਕ ਕੇ ਸਹੇਲੀ ਗੱਲ ਉਹਦੇ ਬਾਹਰ ਕਰਤੀ ਉਹ ਮੇਰੇ ਬਾਰੇ ਕੀ ਖਿਆਲ ਉਹਦਾ ਹੋਊਗਾ ਇਹੋ ਗੱਲ ਸੋਚ ਸੋਚ ਮੇਰੀ ਜਾਨ ਨਿਕਲੇ ਕਿਸੇ ਹੱਥ ਭੇਜਿਆ ਸੁਨੇਹਾ ਯਾਰ ਨੂੰ ਰੱਬਾ ਸੋਹਣਿਆਂ ਦੇ ਬੁੱਲਾਂ ਵਿੱਚੋਂ ਹਾਂ ਨਿਕਲੇ ਥੈਂਕ ਯੂ ਸੋ ਮਚ ਜਿਹਦੀ ਵੀ ਫੀਲਿੰਗ ਹੈ ਫੀਲਿੰਗ ਪੂਰੀ ਹੋ ਜੇ ਆ ਜਾਓ ਜੀ ਆ ਜਾਓ ਆ ਜਾਓ ਸਤਿ ਸ਼੍ਰੀ ਅਕਾਲ ਜੀ ਇੱਥੇ ਬੋਲਿਓ ਜੀ ਹੁਣ ਬੋਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਹਰਸ਼ ਹਰਸ਼ ਕਿੱਥੇ ਰਹਿੰਦੇ ਹੋ ਦੀਨਾਨਗਰ ਦੀਨਾਨਗਰ ਓਕੇ 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 ਕੀ ਸ਼ੌਂਕ ਨੇ ਤੁਹਾਡੇ
ਸਿੰਗਿੰਗ ਰਾਈਟਿੰਗ ਬਾਦੀ ਕੁਛ ਡਾਂਸਿੰਗ ਵੀ ਚਲੋ ਗਾਣਾ ਸੁਣਾਓ ਜੀ ਫਿਰ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਓਂ ਵਿਛੜੇ ਨੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਹੰਝਦੀ ਜੂਨੇ ਆਇਆਂ ਦਾ ਸਾਡਾ ਦਿਲ ਜਲਿਆ ਦਿਲਗੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਥੈਂਕ ਯੂ ਸੋ ਮਚ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਜੀ ਮੇਰਾ ਨਾਮ ਅੰਜਲੀ ਆ ਹਾਂਜੀ ਅੰਜਲੀ ਅੰਜਲੀ ਕਿੱਥੇ ਰਹਿੰਦੇ ਹੋ ਜੀ ਮੈਂ ਪਠਾਨਕੋਟ ਦੀ ਹਾਂ ਪਠਾਨਕੋਟ ਕੀ ਸ਼ੌਂਕ ਨੇ ਤੁਹਾਡੇ ਮੇਰਾ ਸਿੰਗਿੰਗ ਡਾਂਸਿੰਗ ਤੇ ਏਮ ਕੀ ਆ ਵੱਡੇ ਹੋ ਕੇ ਏਮ ਹਜੇ ਕੁਛ ਵੀ ਨਹੀਂ ਮਤਲਬ ਟੀਚਰ ਬਣਨ ਦਾ ਸ਼ੌਕ ਹੈ ਤੁਸੀਂ ਪੜਾਉਣਾ ਜੀ ਮੈਨੂੰ ਠੀਕ ਆ ਤੁਸੀਂ ਟੀਚਰ ਲੱਗ ਗਏ ਇੱਥੇ ਤੇ ਆ ਫੜਿਓ ਜੀ ਇਹਨਾਂ ਨੂੰ ਗਵਾਂਗੇ ਬਾਅਦ ਤੂੰ ਨਾ ਲੈ ਜੀ ਘਰੇ ਸ਼ਰਾਰਤੀ ਜਵਾਕ ਮੇਰਾ ਤੀਜਾ ਦਿਨ ਹੈ ਪਹਿਲੇ ਦੋ ਦਿਨ ਆਇਆ ਨਹੀਂ ਤੇ ਤੁਸੀਂ ਮੈਡਮ ਮੇਰੀ ਕਮਿੰਨ ਮੈਮ ਕਮਿੰਨ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿੱਥੇ ਸੀ ਦੋ ਦਿਨਾਂ ਤੋਂ ਦੋ ਦਿਨ ਤੋਂ ਸੋਚਦੇ ਰਿਹਾ ਜੀ ਵੀ ਕਾਲਜ ਜਾਣਾ ਜੀ ਤੇ ਹੁਣ ਆ ਗਏ ਹੋ ਤੇ ਬਹਿ ਜਾਓ ਤੇ ਪੜਨ ਦਾ ਇਰਾਦਾ ਹੈ ਵੀ ਹੈ ਕਿ ਇੱਥੇ ਗੇੜੀਆਂ ਮਾਰਨ ਆਏ ਹੋ ਤੁਹਾਡਾ ਇਰਾਦਾ ਪੜਾਉਣ ਦਾ ਹੈਗਾ ਕਿ ਗੇੜੀਆਂ ਵਜਾਉਣ ਦਾ ਹੀ ਹੈ ਜੀ ਜੇ ਤਾਂ ਤੁਹਾਡਾ ਇਰਾਦਾ ਪੜਾਉਣ ਦਾ ਜੀ ਫਿਰ ਪੜਾਂਗੇ ਜੇ ਤੁਹਾਡਾ ਇਰਾਦਾ ਹੀ ਗੇੜੀਆਂ ਵਜਾਉਣ ਦਾ ਫਿਰ ਮਾਰ ਲਾਂਗੇ ਜੀ ਮੈਂ ਇੰਗਲਿਸ਼ ਪੜਾਣੀ ਆ ਅੱਛਾ ਜੀ ਤੁਹਾਨੂੰ ਆਉਂਦੀ ਆ ਇਹੀ ਮੈਂ ਪੁੱਛਣਾ ਤੁਹਾਨੂੰ ਆਉਂਦੀ ਹੈ ਹਾਂਜੀ ਅੱਛਾ ਜੀ ਅੱਛਾ ਜੀ ਚਲੋ ਪੜਾਓ ਜੀ ਕਰੋ ਸ਼ੁਰੂ ਮੈਡਮ ਜੀ ਆਜੋ ਫਿਰ ਚਲੋ ਮੈਨੂੰ ਇਹ ਦੱਸੋ ਗ੍ਰਾਮਰ ਬਾਰੇ ਦੱਸੋ ਤੁਹਾਨੂੰ ਕੀ ਪਤਾ ਹੈ ਗ੍ਰਾਮਰ ਅੰਗਰੇਜ਼ੀ ਦਾ ਹੀ ਪਾਰਟ ਹੈ ਜੀ ਇੱਕ ਇਹਦੇ ਵਿੱਚ ਟੈਂਸ ਵੀ ਆਉਂਦੇ ਨੇ ਜੀ ਹਾਂਜੀ ਕਿਹੜੇ ਕਿਹੜੇ ਟੈਂਸ ਹੁੰਦੇ ਨੇ ਕਿੰਨੇ ਟੈਂਸ ਹੁੰਦੇ ਨੇ ਟੈਂਸ ਜੀ ਟੈਂਸ ਤਾਂ ਮੈਂ ਵੈਸੇ ਹੀ ਰਹਿਣਾ ਜ਼ਿੰਦਗੀ 'ਚ ਟੈਂਸ ਹੀ ਹੁੰਦੇ ਟੈਂਸ ਕਾਫੀ ਤਿੰਨ ਤਰ੍ਹਾਂ ਦੇ ਹੁੰਦੇ ਨੇ ਜੀ ਚਾਰ ਤਰ੍ਹਾਂ ਦੇ ਹੁੰਦੇ ਨੇ ਸਾਨੂੰ ਤਿੰਨ ਪਤਾ ਜੀ ਚਾਰ ਕਿਹੜੇ ਹੁੰਦੇ ਨੇ ਚਲੋ ਦੱਸੋ ਜੀ ਪਾਸਟ ਟੈਂਸ ਹੁੰਦਾ ਆ ਪਾਸਟ ਟੈਂਸ ਜਿਹੜਾ ਬੀਤ ਗਿਆ ਜੀ ਹਾਂਜੀ ਪ੍ਰੈਜ਼ੈਂਟ ਹੁੰਦਾ ਆ ਮੈਂ ਕੱਲ ਆਇਆ ਨਹੀਂ ਇਹ ਪਾਸਟ ਟੈਂਸ ਹੈ ਜੀ ਹਾਂਜੀ ਇੱਕ ਪ੍ਰੈਜ਼ੈਂਟ ਹੁੰਦਾ ਆ ਇੱਕ ਫਿਊਚਰ ਪ੍ਰੈਜ਼ੈਂਟ ਹੁੰਦਾ ਜੀ ਮੈਂ ਅੱਜ ਆ ਗਿਆ ਹਾਂਜੀ ਇੱਕ ਫਿਊਚਰ ਹੁੰਦਾ ਜੀ ਮੈਂ ਸ਼ਾਇਦ ਕੱਲ ਨੂੰ ਫੇਰਨਾ ਵਾ ਉਹਨਾਂ ਦੇ ਅੱਗੇ ਚਾਰ ਚਾਰ ਪਾਰਟ ਹੁੰਦੇ ਨੇ ਨਹੀਂ ਫਿਰ ਟੈਂਸ ਤਾਂ ਤਿੰਨ ਹੀ ਹੋਏ ਨਾ ਜੀ ਹਾਂਜੀ ਤੁਸੀਂ ਚਾਰ ਕਹਿੰਦੇ ਫੇਰ ਮੈਂ ਕਿਹਾ ਮੈਡਮ ਜੀ ਤਿੰਨ ਟੈਂਸ ਹੁੰਦੇ ਨੇ ਚਾਰ ਹੁੰਦੇ ਨੇ ਹੁਣ ਕੱਢੋ ਚੌਥਾ ਜੀ ਚਲੋ ਬਹੁਤ ਵਧੀਆ ਜੀ ਗੋਡ ਬਲੈਸ ਯੂ ਖੁਸ਼ ਰਹੋ ਜੀ ਪਿਓਰ ਰੂਟਸ ਵੱਲੋਂ ਤੁਹਾਨੂੰ ਗਿਫਟ ਟੈਂਪਰ ਤੁਹਾਨੂੰ ਵੀ ਦੇਣਾ ਚੰਗਾ ਜੀ ਧੰਨਵਾਦ ਨੀ ਮੈਂ ਆਵਾਂ 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 ਨੀ ਮੈਂ ਨੱਚਦੀ ਝੂਮਦੀ ਆਵਾਂ ਨੀ ਮੈਂ ਆਵਾਂ 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 ਨੀ ਮੈਂ ਨੱਚਦੀ ਝੂਮਦੀ ਆਵਾਂ ਨੀ ਮੈਂ ਚੰਨ ਤੇ ਪਿੰਗਾ ਪਾਵਾਂ ਨੀ ਮੇਰੀ ਨੱਚਦੀ ਦੀ ਚਾਂਜਰ ਛਣ ਕੇ ਨੀ ਮੈਂ ਨੱਚਣਾ ਪਟੋਲਾ ਬਣ ਕੇ ਨੀ ਨੀ ਮੈਂ ਨੱਚਣਾ ਪਟੋਲਾ ਬਣ ਕੇ ਨੀ ਮੈਂ ਨੱਚਣਾ ਪਟੋਲਾ ਬਣ ਕੇ ਨੀ ਪੀਤਾ 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 ਤੇਰੇ ਘਰ ਨਹੀਂ ਵਸਣਾ ਵੀ ਤੇਰੇ ਘਰ ਨਹੀਂ ਵਸਣਾ ਤੂੰ ਮਿਡਲ ਪਾਸ ਨਾ ਕੀਤਾ ਵੀ ਤੇਰੇ ਘਰ ਨਹੀਂ ਵਸਣਾ ਵੀ ਤੇਰੇ ਘਰ ਨਹੀਂ ਵਸਣਾ ਤੂੰ ਮਿਡਲ ਪਾਸ ਨਾ ਕੀਤਾ ਵੀ ਤੇਰੇ ਘਰ ਨਹੀਂ ਵਸਣਾ ਮਿਡਲ ਪਾਸ ਨਾ ਕੀਤਾ ਵੀ ਤੇਰੇ ਘਰ ਨਹੀਂ ਵਸਣਾ ਮਿਡਲ ਪਾਸ ਨਾ ਕੀਤਾ ਵੀ ਤੇਰੇ ਘਰ ਨਹੀਂ ਵਸਣਾ ਸੁਣ ਸੋਨੂ ਤੇ ਬਾਪੂ ਹਾਂਜੀ ਵੇ ਸੁਣ ਮੋਨੂ ਤੇ ਬਾਪੂ ਹਾਂਜੀ ਮੇਰੇ ਪੀੜ ਕਲੇਜੇ ਹਾਂਜੀ ਮੈਂ ਸਰਦੀ ਜਾਵਾਂ ਕੱਛੂ ਜੋਬ ਕਰਨੀ ਕੱਛੂ ਵਾਪਿਸ ਕਿਨਾਰੇ ਪੇ ਆਨਾ ਮੈਂ ਤੋ ਹਫਤਾ ਸੋਇਆ ਨਹੀਂ ਬੋਲ ਦੋ ਨਾ ਜ਼ਰਾ ਦਿਲ ਮੇ ਜੋ ਹੈ ਛਿਪਾ
मैं किसी से कहूंगा नहीं। थैंक यू सो मच, थैंक यू सो मच। खुश रहो बाबा जी, थोड़ा जो भी तुम सोचते हो। सत श्री अकाल जी। सत श्री अकाल। की नाम थोड़ा? आराधना चौहान। आराधना चौहान। चौहान साहब कितने रहने हो? जम्मू। जम्मू की शौक ने थोड़े? डांसिंग। चलो जी आन दो जी, पढ़ाओ। उच्ची ਮੰਮਾ ਨੇ ਬੋਨ ਬੀਟਾ ਜ਼ਿਆਦਾ ਪਿਲਾਤਾ ਨਾ। ਹਾਂ ਅੱਛਾ ਅੱਛਾ, ਮੰਮੀ ਘਰ ਦੇ ਵੀ ਲੰਬੇ ਆ? ਹਾਂਜੀ। ਓਕੇ ਓਕੇ, ਫਿਰ ਨਾਨੀ ਨੇ ਤੁਹਾਡੀ ਮੰਮੀ ਨੂੰ ਬੋਨ ਬੀਟਾ ਪਿਆਇਆ, ਮੰਮੀ ਨੇ ਤੁਹਾਨੂੰ ਪਿਆਇਆ? ਹਾਂਜੀ। ਉਹ ਡੱਬਾ ਨਵਾਂ ਲੈ ਕੇ ਆਉਂਦਾ ਕਿ ਇੱਕੋ ਹੀ ਖਾਈ ਜਾਂਦੇ ਹੋ ਸਾਰੇ? ਨਹੀਂ ਨਾ। ਪਿਓਰ ਉਡ ਫੋਲੋ ਤੁਹਾਨੂੰ ਗਿਫਟ ਟੈਂਪਰ ਜੀ, ਤੁਹਾਨੂੰ ਵੀ ਬਾਬੇ ਤਰੱਕੀ ਦੇਣ, ਬਾਬੇ ਤਰੱਕੀ ਦੇਣ। ਖੁਸ਼ ਰਹੋ ਜੀ, ਖੁਸ਼ ਰਹੋ। ਥੈਂਕ ਯੂ ਸੋ ਮਚ ਜੀ। ਆ ਗਿਆ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਵਨੀਤ ਭਾਈ ਅਤੇ ਐਮ ਐਚ ਵਾਨੇ ਵਾਲਿਆਂ ਨੂੰ। ਦਲੀਆ ਨਰਵਸ ਜਿਹਾ ਹੋ ਗਿਆ? ਨਾ ਨਾ ਨਰਵਸ ਕੋਈ ਚੱਕਰ ਹੀ ਨਹੀਂ। ਅੱਜ ਕਿਹੜਾ ਵਿਆਹ ਤੇਰਾ? ਘਰ ਕਿੱਥੇ ਆ? ਘਰ ਇੰਦੌਰੇ। ਇੰਦੌਰੇ, ਪਰਿਵਾਰ 'ਚ ਕੌਣ ਕੌਣ ਆ? ਮੰਮੀ, ਡੈਡੀ ਅਤੇ ਇੱਕ ਭਰਾ ਛੋਟਾ, ਦੋ ਭੈਣਾਂ। ਓਕੇ ਓਕੇ ਓਕੇ। ਹਾਂਜੀ, ਤੇ ਦੀਦੀਆਂ ਇੱਥੇ ਹੀ ਆ? ਵਿਆਹ ਵਿਆਹ ਕਿਹਨਾਂ ਦਾ ਹੋਇਆ? ਅਜੇ ਨਹੀਂ ਨਹੀਂ ਵਿਆਹ ਨਹੀਂ ਹੋਇਆ। ਸਾਰੇ ਹੀ ਛੜੇ ਮਿਲਾਂਗੇ? ਹਾਂਜੀ ਹਾਂਜੀ। ਓਕੇ ਓਕੇ ਓਕੇ, ਚਲੋ ਯਾਰੀ ਆ ਬਸ ਜੀ। ਕਿਹਦੀ? ਸਿਸਟਰ ਦੀ? ਵੱਡੀ ਵੱਡੀ ਦੀਦੀ। ਹਾਂਜੀ, ਸਪੋਜ਼ ਕਰ ਵੀ ਹੁਣ ਵਿਆਹ ਹੋਇਆ ਨਾ। ਹਾਂਜੀ ਹਾਂਜੀ, ਡੋਲੀ ਦਾ ਟਾਈਮ ਆ ਗਿਆ। ਮੈਂ ਦੀਦੀ। ਹਾਂਜੀ ਹਾਂਜੀ, ਮੈਂ ਤੇਰੀ ਭੈਣ ਆ ਨਾ। ਹਾਂਜੀ, ਤੇ ਬਸ ਉਹ ਆਪਾਂ ਕਰਨਾ ਜਿਹੜਾ ਪਖੰਡ ਜਾਂਦਾ ਹੰਝੂ ਵਾਲਾ। ਹਾਂਜੀ ਹਾਂਜੀ, ਹੁੰਦੀ ਤਾਂ ਵੈਸੇ ਖੁਸ਼ੀ ਹੋਈ ਹੈ ਵੀ ਚਲੋ ਚੱਲੀ ਚੱਲੀ ਹੈ, ਪਰ ਉਹ ਨਾ ਵਿਖਾਉਣਾ ਜ਼ਰੂਰੀ ਵੀ ਹੈ। ਵੀਡੀਓ ਵਾਲੇ ਨੂੰ ਹੁੰਦੇ, ਕੈਮਰੇ ਵਾਲੇ ਨੂੰ ਕਹਿੰਦੇ ਹੁੰਦੇ ਮੇਰੇ ਹੰਝੂ ਜ਼ਰੂਰ ਕੈਪਚਰ ਕਰੀ। ਹਾਂਜੀ ਹਾਂਜੀ, ਚੱਲ ਠੀਕ ਹੈ। ਮੈਂ ਹੁਣ ਉਹ ਐਂ ਜੋ ਸੁੱਟਦੀ ਹੁੰਦੀ ਨਾ ਕੁੜੀ ਉੱਤੋਂ ਦੀ ਐਂ ਜੀ। ਹਾਂਜੀ ਠੀਕ ਹੈ ਭੈਣ, ਠੀਕ ਹੈ ਭੈਣ, ਟੈਨਸ਼ਨ ਨਾ ਲਈ ਕੋਈ, ਤੇਰੇ ਤੋਂ ਬੰਦੀ ਕਾਹਦੀ ਟੈਨਸ਼ਨ ਮੇ ਭਰਾਵਾ। ਹਾਂਜੀ ਹਾਂਜੀ, ਆ ਜਾਓ ਆ ਜਾਓ, ਦੂਰੇ ਹੀ ਕਰੀ ਜਾਂਦੀ ਹੈ। ਨੰਗਲ ਦੇ ਕੋਲ? ਨੰਗਲ ਮਹਿਤਪੁਰ। ਮਹਿਤਪੁਰ ਤੋਂ ਅੰਬ? ਹਾਂਜੀ, ਉਹ ਅੰਬ ਹੀ ਅੰਬ। ਅੰਬ ਨਾ ਨਾ, ਸੇਬ। ਡਿਸਟ੍ਰਿਕਟ ਹੁੰਦਾ। ਹੋਰ ਕੀ ਸੁਣਾਓਗੇ? ਗਾਣਾ। ਗਾਣਾ ਸੁਣਾਓ। ਚਿਹਰਾ ਮਾਸੂਮ ਜਿਹਾ ਨਹੀਂ ਤੇਰੇ ਦਿਲ ਚ ਸ਼ੈਤਾਨੀ, ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗੜ ਵਾਲੀ ਗਾਨੀ। ਲੋਰਡ ਬਲੈਸ ਯੂ ਜੀ, ਬਾਬਾ ਜੀ ਬਹੁਤ ਸੋਹਣੀ ਆਵਾਜ਼। ਚਲੋ ਜੀ, ਪਿਓਰ ਰੂਟਸ ਵੱਲੋਂ ਤੁਹਾਨੂੰ ਗਿਫਟ ਟੈਂਪਰ। ਸਰ ਇੱਕ ਗੱਲ ਕਹਿਣੀ ਸੀ। ਇੱਕ ਦੋ ਕਹੋ, ਤੁਸੀਂ ਬਹੁਤ ਸੋਹਣੇ ਲੱਗਦੇ ਹੋ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਜਿਹੜਾ ਆਪ ਖੁਦ ਸੋਹਣਾ ਹੁੰਦਾ ਉਹ ਦੂਜੇ ਦੀ ਤਾਰੀਫ ਕਰਦਾ ਹੁੰਦਾ। ਤੁਸੀਂ ਬਹੁਤ ਸੋਹਣੇ ਹੋ। ਥੈਂਕ ਯੂ ਸਰ। ਹਾਂ, ਕਰੀਮ ਲਾਈਨ ਹੋਰ ਸੋਹਣੀ ਹੋ ਜੀ। ਚੰਗਾ, ਛੱਡ ਕੇ ਆਵਾਂਗੇ, ਚੱਲ ਜਾਏਗੀ। ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ, ਆਓ ਜੀ ਆਓ 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 ਆਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ, ਬਹੁਤ ਜ਼ਿਆਦਾ ਵੱਡੀ। ਮੈਂ ਕੋਈ ਐਪੀਸੋਡ ਮਿਸ ਨਹੀਂ ਕਰਦੀ। ਪੱਖਾ ਨਹੀਂ ਹੁੰਦਾ ਜਿਹੜਾ ਜਿਹੜਾ ਜਦੋਂ ਆਪਾਂ ਸਰਾਂਜ ਜਾਂਦੇ ਆ, ਬਸ ਉਹੀ ਉਹੀ ਜਿਹੜੇ ਸਰਾਂਜ ਵੱਡੇ ਪੱਖੇ ਲੱਗੇ ਹੁੰਦੇ ਆ, ਉਹ ਵੱਡਾ ਫੈਨ ਹੈ। ਬਿਲਕੁਲ ਸਹੀ, ਬਿਲਕੁਲ ਸਹੀ। ਚਲੋ ਧੰਨਵਾਦ ਤੁਹਾਡਾ, ਤੁਹਾਡਾ ਪਿਆਰ, ਤੁਹਾਡਾ ਸਤਿਕਾਰ, ਉਹਦੇ ਕਰਕੇ ਚੱਲੀ ਜਾਂਦਾ ਪ੍ਰੋਗਰਾਮ ਹੈ ਕਿ ਨਹੀਂ ਜੀ। ਹੋਰ ਸੁਣਾਓ, ਕਿੱਥੇ ਕੀ ਨਾਂ ਹੋ ਗਈ ਤੁਹਾਡਾ? ਰਿਤੂ ਸ਼ਰਮਾ। ਹੋਰ ਕੀ ਜ਼ਿੰਦਗੀ 'ਚ ਕੀ ਬਣਨ ਨੂੰ ਸੋਚਿਆ? ਟੀਚਰ, ਪ੍ਰੋਫੈਸਰ। ਪ੍ਰੋਫੈਸਰ, ਹਾਂਜੀ। ਚਲੋ ਠੀਕ ਹੈ, ਪੜ੍ਹਾਓਗੇ ਮੈਨੂੰ? ਹਾਂਜੀ। ਚਲੋ ਠੀਕ ਹੈ, ਤਾਂ ਖੁਸ਼ ਹੀ ਬਹੁਤ ਆ ਮੈਡਮ। ਤੁਸੀਂ ਕੀ ਪੜ੍ਹਨਾ ਚਾਹੋਗੇ? ਜੋ ਤੁਹਾਡਾ ਸਬਜੈਕਟ ਹੈ, ਤੁਹਾਡਾ ਸਬਜੈਕਟ ਕਿਹੜਾ? ਠੀਕ ਹੈ, ਮੈਂ ਤੁਹਾਨੂੰ ਹਿੰਦੀ ਪੜ੍ਹਾ ਦਾਂਗੀ। ਹਿੰਦੀ 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 ਆਣ ਲਓ, ਮਾਤਰ ਭਾਸ਼ਾ ਹੈ ਹਮਾਰੀ। ਠੀਕ ਹੈ ਜੀ, ਆ ਜਾਓ ਹੁਣ, ਅੱਗੇ ਤਾਂ ਤੁਸੀਂ ਬੜਾ ਪੁੱਛ ਕੇ ਆਉਂਦੇ ਹੋ ਮੈਨੂੰ। ਹਿੰਦੀ ਹਿੰਦੀ ਬੋਲੀਏਗਾ? ਅੱਛਾ ਚਲੋ ਠੀਕ ਹੈ। ਹਿੰਦੀ ਕੇ ਅਧਿਆਪਕ ਹੀ ਆਇਆ। ਕਹਾਂ ਥੇ ਰਵਨੀਤ, ਤੁਮ ਇਤਨੇ ਦਿਨ ਸੇ? ਇਤਨੇ ਦਿਨ ਸੇ? ਹਾਂਜੀ। ਤੁਮ ਵੇਟ ਕਰਤੇ ਰਹੇ? ਨਿਬੰਧ ਕੌਨ ਸਾ ਆਤਾ ਤੁਮੇ? ਨਿਬੰਧ? ਹਾਂ ਬਤਾਓ ਕੌਨ ਸਾ। ਸੁਣਾਏ। ਗਾਇਕਾ ਸੁਣਾਓ।
हमारे घर में गाय है, गाय का रंग आपके रंग से मिलता है। आप भी थोड़े से भूरी हो, वो भी भूरी है। मैं तो उन्हें डांस करना चाहूंगी। डांस करना चाहूंगी। चलो ठीक है जी। बात करो जी, बात ये तो आड़ दिए नहीं। प्योर रूट सोलो तुम्हें गिफ्ट एम्पर, गॉड ब्लेस यू। खुश रहो खुश रहो खुश रहो, बाबा ही तरक्की देन। सत श्रीकाल जी। श्रीकाल। किदा फिर? बढ़िया। रंग थोड़ा ही कराया के कुदरती रंग? खुद ही कराया। आओ खुद ही कराएंगा फिर? हाँ जी। मैंने कहा थोड़ा कराया है। हाँ थोड़ा ही है। पैसे मुक गए? कितने कितने रहने हो? डिस्ट्रिक्ट चंबा परमौर। अच्छा हिमाचल से? हाँ जी। हिमाचली सुनाओ, हिमाचली पेश करोगे? आंदा हिमाचली? हाँ जी। हिमाचली हिमाचली आउन दो। अम्मा पूछ दी सुन दिए मेरी। क्या बात। अम्मा पूछ दी सुन दिए मेरी, हो दिए भला दुबली तू किया खरी होई हो, हो दिए भला दुबली तू किया खरी होई हो। थोड़ा रियाज करया करो, साडा आवाज पंजाबी शुरू होने वाला है, पहुंचो उत्थे। बहुत बहुत वधिया। जिंदगी बड़ी हसीन है हमको। मैं नहीं, मेरे डैडी। ठीक है भाई जी। तू हिसाब ला मेरे डैडी देख रहे ने। चलो ठीक। हां बहुत कब्बे ने। ठीक है कोई गल नहीं, मिल लवांगे अंकल उन्हां नूं। तू शहरी इहो जिहा सुना की मैं तैनूं ओह मिलण आ जाण। चलो ठीक है। अंकल जी गा रहे हैं, मैं शेरो शेरी कर रहे हैं। हाँ। जिंदगी बड़ी हसीन है हमको जीना नहीं आता, हर चीज में नशा है दोस्तों हमको पीना नहीं आता। तुम्हारा चग्गा अगर फट जाए हमें सीना नहीं आता। ਕਿੱਥੋਂ ਬਿਲੋਂਗ ਕਰਦੇ ਹੋ? ਭਾਈ ਸੁਜਾਨਪੁਰ ਤੋਂ। ਕੀ ਸੁਣਾਓਗੇ ਤੁਹਾਨੂੰ, ਕੀ ਕਰੋਗੇ ਪੇਸ਼? ਭਾਈ ਇੱਕ ਛੋਟੀ ਸ਼ੇਰ ਓ ਸ਼ਾਇਰੀ ਹੈ ਜੋ ਖੁਦ ਮੈਂ ਲਿਖੀ ਹੈ, ਉਹ ਮੈਂ ਤੁਹਾਨੂੰ ਸੁਣਾਉਂਗਾ। ਆਉਣ ਦੋ ਕਲਮ ਚੋਂ। ਹਮੇ ਤੋ ਆਪਨੋ ਨੇ ਲੂਟਾ ਗੈਰੋ ਮੇ ਕਹਾਂ ਦਮ ਥਾ। ਵਾਹ ਵਾਹ ਵਾਹ। ਹਮੇ ਤੋ ਆਪਨੋ ਨੇ ਲੂਟਾ ਗੈਰੋ ਮੇ ਕਹਾਂ ਦਮ ਥਾ, ਮੇਰੀ ਹੱਡੀ ਵਾਹ ਟੂਟੀ ਜਾਂ ਹਸਪੀਟਲ ਬੰਦ ਥਾ। ਮੁਝੇ ਜਿਸ ਐਂਬੂਲੈਂਸ ਮੇ ਡਾਲਾ ਉਸਮੇ ਪੈਟਰੋਲ ਕਮ ਥਾ, ਮੁਝੇ ਰਿਕਸ਼ੇ ਪੇ ਬਿਠਾਇਆ ਉਸਕਾ ਕਿਰਾਇਆ ਕਮ ਥਾ, ਮੁਝੇ ਡਾਕਟਰ ਨੇ ਉਠਾਇਆ ਨਰਸੋਂ ਮੇ ਕਹਾਂ ਦਮ ਥਾ, ਮੁਝੇ ਜਿਸ ਬੈੱਡ ਪੇ ਲਟਾਇਆ ਉਸਕੇ ਨੀਚੇ ਬੰਬ ਥਾ, मुझे बम ने उठाया गोली में कहां दम था, मुझे सड़क पे दफनाया उस दिन कब्रिस्तान बंद था। गुरु साहबान किदां दे ने जिन्हां दे चेले बहुत वधिया ने। सब तो पहला प्रो चांसलर सर, हाँ जी वाइस चांसलर सर नाल भी मैं करदा जी गलबात, पर पहला प्रो चांसलर सर क्योंकि इन्हां दी शर्ट बहुत सोहणी है, देखो दोबारा। सत श्री अकाल जी। सत श्री अकाल जी। चल थोड़ा शुभ नाम जी? नीरज गर्ग। नीरज गर्ग। गर्ग सर तुसीं ਕਿਵੇਂ ਸ਼ੁਰੂ ਕੀਤਾ ਜੀ, ਕੀ ਸੋਚ ਕੇ ਸ਼ੁਰੂ ਕੀਤਾ ਜਾਂ ਕੀ ਮੋਟਿਵ ਨਾਲ ਸ਼ੁਰੂ ਕੀਤਾ ਸੀਗਾ ਕਿ ਇਸ ਆਰਗੇਨਾਈਜੇਸ਼ਨ ਦੇ ਵਿੱਚ ਆਉਣਾ ਆਪਾਂ? ਬੱਚਿਆਂ ਨੂੰ ਪੜ੍ਹਾਉਣਾ ਹੈ ਜੀ। ਹਾਂਜੀ। ਦੇਸ਼ ਨੂੰ ਅੱਗੇ ਲੈ ਕੇ ਜਾਣਾ, ਇਸ ਕਰਕੇ ਸ਼ੁਰੂ ਕੀਤਾ ਜੀ। ਓਕੇ ਚਲੋ ਬਹੁਤ ਵਧੀਆ ਲੱਗਿਆ ਜੀ ਗੱਲ ਕਰਕੇ, ਥੈਂਕ ਯੂ ਸੋ ਮਚ। ਛੋਟੀ ਜੀ ਗੱਲ ਬਹੁਤ ਹੈ ਨਾ ਜੀ, ਆਪਾਂ ਵਾਈਸ ਚਾਂਸਲਰ ਸਰ ਨੂੰ ਪੁੱਛੀਏ। ਹਾਂਜੀ ਹਾਂਜੀ ਹੈ ਨਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਜੀ? ਬਸ ਫਸਟ ਕਲਾਸ। ਵੈਸੇ ਕਹਿੰਦੇ ਜਿਹੜਾ ਕੈਮਰੇ ਵਾਲਾ ਫੇਸ ਹੁੰਦਾ ਉਹ ਆਹੀ ਹੈ ਜਿਨ੍ਹਾਂ ਦੀ ਹਮੇਸ਼ਾ ਹੀ ਸਮਾਈਲ ਚਿਹਰੇ 'ਤੇ ਰਹਿੰਦੀ। ਥੈਂਕ ਯੂ ਥੈਂਕ ਯੂ। ਹੋਰ ਸੁਣਾਓ ਜੀ, ਤੁਹਾਡਾ ਸ਼ੁਭ ਨਾਮ ਜੀ? ਬ੍ਰਿਗੇਡੀਅਰ ਐਸਸੀ ਵਰਮਾ। ਓਕੇ ਜੀ, ਬ੍ਰਿਗੇਡੀਅਰ ਸਰ। ਤੁਸੀਂ ਪਹਿਲਾਂ ਆਰਮੀ 'ਚ ਸੀਗੇ ਜੀ? ਆਰਮੀ 'ਚ ਸੀ। ਕਿੰਨਾ ਚਿਰ ਦੇਸ਼ ਦੀ ਸੇਵਾ ਕੀਤੀ ਜੀ ਆਰਮੀ ਦੇ ਵਿੱਚ ਰਹਿ ਕੇ? 33 ਸਾਲ। 33 ਸਾਲ? ਹਾਂ ਜੀ। ਬਹੁਤ ਸੇ 33 ਸਾਲ ਆਰਮੀ ਦੀ ਤੇ 4 ਸਾਲ ਪੁਲਿਸ ਦੀ। ਅੱਛਾ ਜੀ। ਤੇ 5 ਸਾਲ ਕਾਰਪੋਰੇਟ ਆਫਿਸ ਦੀ। ਬਹੁਤ ਬਹੁਤ ਵਧੀਆ, ਤਾੜੀਆਂ ਸਰ ਹੋਰਾਂ ਲਈ। ਸਰ ਜਦੋਂ ਤੁਸੀਂ ਆਰਮੀ 'ਚ ਸੀਗੇ ਜੀ, ਆਰਮੀ ਪਰਸਨ ਭਾਵੇਂ ਉਹ ਕੋਈ ਵੀ ਰੈਂਕ ਹੋਵੇ, ਭਾਵੇਂ ਵੱਡਾ ਰੈਂਕ ਹੋਵੇ, ਭਾਵੇਂ ਉਹ ਕਿਤੇ ਵੀ ਰੈਂਕ 'ਤੇ ਹੋਣ, ਉਹ ਆਪਣੇ ਪਰਿਵਾਰ ਤੋਂ ਦੂਰ ਰਹਿੰਦੇ ਨੇ ਜੀ, ਅਤੇ ਪਰਿਵਾਰ ਨੂੰ ਕਿੰਨਾ ਕੁ ਮਿਸ ਕਰਦੇ ਸੀਗੇ ਜਾਂ ਉੱਥੇ ਕਿਵੇਂ ਇੱਕ ਦੂਜੇ ਨਾਲ ਐਂਟਰਟੇਨਮੈਂਟ ਕਰਦੇ ਸੀ ਜਾਂ ਕੋਈ ਵੀ ਕੋਈ ਯਾਦਗਾਰ ਪਲ ਜਿਹਨਾਂ ਨੂੰ ਤੁਸੀਂ ਮਿਸ ਕਰਦੇ ਹੋ? ਅਸੀਂ ਤਾਂ ਐਸੀ ਜਗ੍ਹਾ ਰਹੇ ਜਿੱਧਰ ਕਾਫੀ ਰੌਣਕ ਰਹਿੰਦੀ ਸੀ, ਅਤੇ ਇਸ ਕਰਕੇ ਪਰਿਵਾਰ ਦੀ ਕੋਈ ਖਾਸ ਯਾਦ ਨਹੀਂ ਆਈ। ਬਹੁਤ ਅੱਛਾ ਟਾਈਮ ਨਿਕਲ ਗਿਆ, ਹੁਣ ਵੀ ਬੜਾ ਅੱਛਾ ਟਾਈਮ ਨਿਕਲ ਗਿਆ, ਅਤੇ ਹੁਣ ਸਾਡਾ ਕੌਣ ਕੌਣ ਨੇ ਜੀ? ਸਾਡੇ ਬੇਟਾ ਹੈ ਇੱਕ। ਵਾਈਫ ਨਹੀਂ ਹੈ ਜੀ? ਪਹਿਲਾਂ ਵਾਈਫ ਵੀ ਕੌਣ ਹੈ ਜੀ? ਤੁਸੀਂ ਵਾਈਫ 'ਤੇ ਆਏ ਨਹੀਂ ਰਹੇ, ਤੁਸੀਂ ਵਾਈਫ ਪਹਿਲਾਂ ਅਸੀਂ ਉੱਥੇ ਰਹੇ ਜਿੱਥੇ ਆਲੇ ਦੁਆਲੇ ਰੌਣਕ ਸੀ, ਹੁਣ ਮੈਂ ਪੁੱਛਿਆ ਪਰਿਵਾਰ 'ਚ ਕੌਣ ਹੈ? ਬੇਟਾ ਹੈ। ਰੱਬ ਕਰੇ ਵੀ ਇਹ ਪ੍ਰੋਗਰਾਮ ਜ਼ਰੂਰ ਦੇਖਦੇ ਹੁਣ।
वाइफ भी है, वो भी प्रिंसिपल रही है कोई 20 साल। अच्छा जी, बहुत मुझे एजुकेशन आ दी जुड़ी है। ओके जी, ओके, चलो बहुत मुझे। किथे रहने हो जी हुन? प्रेजेंट किथे रिहाइश रखी? पठानकोट दे। बहुत वधिया लगे सर थोड़ा नाल गल करके। थैंक यू वेरी मच। छोटे हुंदे तुसीं जां जदों मेरी उम्र दे सीगे गाउंदे सी जां कोई पुराना सोंग हुण वी तुसीं सुणदे होवो? पंजाबी दी दो लाइनां गाउंदा। बिल्कुल 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 बिल्कुल। अज कल दियां कुड़ियां फैशनदार मेरी। सुनो सुनो, तुसीं अपने गुरुआं वांगू ही जाणा अगे। अज कल दियां कुड़ियां फैशनदार मेरी मां, तौबा तौबा। हाथ विच मोबाइल थले कार मेरी जा, तौबा तौबा। अजकल दियां कुड़ियां फैशनदार मेरी मां, तौबा तौबा। दूध ना पीन कुड़ियां, लस्सी ना पीवन कुड़ियां। दूध ना पीन कुड़ियां, लस्सी ना पीवन कुड़ियां। पिकनिक मनावन मुंडिया नाल मेरी जा, तौबा तौबा। कमाल की गल है भी थोड़े नालों जी मेरी उम्र दे हैं साढ़े नालों सारू बद पता भी कुड़ियाँ की पीदी हैं। थैंक यू सो मच। थैंक यू। बाकी तुसी जिन्नी भी सेवा की है, सेवा निभाई है, भावे फौज के भावे हुण निभा रहे हो, तुहानू सल्यूट है जी। तुहानू भी सर जी, थैंक यू। हाँ जी, तुसी आओ जी। हाँ, थोनू कहना जी। सत श्रीकाल जी। सत श्रीकाल सर। थोड़ा की नाम जी? हरप्रीत। हरप्रीत, की पढ़ाने जी? बिजनेस मैनेजमेंट। बिजनेस मैनेजमेंट। हाँ जी। कितने देर तो पढ़ा रहे हैं जी? सर हो गया 6 मंथ एंड बिफोर इन एडमिनिस्ट्रेटिव डिपार्टमेंट। पंजाबी आउंदी तुसी? ओके। हां जी हां जी हां जी। पहला एडमिन और तो बाद हुन फ्रेशर, एटलीस्ट 2-3 मंथ्स हो गए क्लासेस लेने। ओके जी, ओके जी। तुसी पहले ही सोचा सीगा भी टीचिंग वाली लाइन च जाना? हां जी। जिन्ने भी घर दे सारे तुहाडा शो देखदे आ, एंड मॉम डैड मी एंड ब्रदर एंड माय छोटी सिस्टर जो है बहुत बड़ी फैन है तुहाडी, और वो जदों भी मतलब शो आंदा, एंड ये कल परसों दी गल है तुहाडा शो चलदा पिया सीगा, एंड जिसकी मम्मी सारा कुछ छड्डो देखो रवनीत दा मतलब चल रहा है, उन्होंने को सारा कुछ छड्डो पर डैडी ना छड्ड देन। सारा कुछ डैडी ना, बाकी जो मर्जी छड्ड दो जी। थैंक यू सो मच जी। आना ये तो चलो मैं मजाक किया, पर थोड़े सारी फैमिली का बहुत सारा थैंक्स ते प्योर रूट्स वालों थानू गिफ्ट। थैंक यू, थैंक यू। आओ जी, आओ तुसी, आओ जी। सत श्री अकाल जी। सत श्री अकाल जी। थोड़ा की नाम जी? सपना। सपना जी। हां जी। ओके ओके। ड्रीम? हां जी ड्रीम। थोड़े शौक जी? शौक पैशन मेरा डांस हैगा। ओके जी। उस तो बाद थोड़ी बहुत ही एक्टिंग। थोड़ी बहुत एक्टिंग। एक्टिंग करके दिखाओगे? किदी दस। तुसी पढ़ाने हो इथे? हां जी। थोड़े तो पढ़ा मैं एड़े वाले कॉलेज नु लाके चलना या देसी? देसी कॉलेज केड़ा जी? देसी मतलब पंजाबी टीचर वांगू। हां हां, पंजाबी टीचर बने बड़ी कोई चक्कर नहीं, नहीं सोचना तुसी रवनीत, तुसी फड़ी रखो ऐच बोलना तुसी। ठीक है। हां जी हां जी। आ गई है। सत श्री अकाल कीती है जी। आ वाली केड़ी हुंदी है? ए ओ हुंदी है जी, घर दे कहंदे सी जदों मास्टर टकरा करे, मैडम टकरा करे, सत श्री अकाल बुलाउणी है। सत श्री अकाल करके? हां जी हां जी। नी दो अक्षर कह दे चंगी तरह, इतना सोहना सरखा मुंडा जे कह देंगे ते की जाएगा तेरा? मैडम पढ़ना है जी इत्थे, मैं पढ़ावांगी काका, चंगी तरह पढ़ावांगी। अगे 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 सारे मुंडे कहने से के भी मैडम ने नाक विच बाली पाई हुई है, सारी क्लास मगर लाई हुई है। जी मैडम ने बाली ना पाई हुंदी ते तुसी क्लास च किद्दां आना सी? असी पढ़न आए हां जी, सानू घर दे ने कहे सी मैडम पढ़ाउंदी बहुत वधिया। आ जाओ, आओ ते सी, तुसी क्लास विच आओ ते सी। बह गए जी। चलो अपना नाम दसो। मेरा नाम रवनीत है जी। अच्छा जी, होर करे कौन कौन है तुहाडे? मैडम थानू क्या, मैं पढ़ना है जी घर बारे में दसो जी। काका पहली क्लास है तेरी, इंट्रोडक्शन ते लवांगे। इंट्रोडक्शन मेरी लाउंदे, मेरे घर दे तां कानू जाने जी। पता ते चले, दसो जी कौन कौन है घरे? घरे सारी है जी। हां जी। कौन कौन हैगा फैमिली मेंबर च? कौन कौन मैडम जी हैगे, बस बंदे रखे हैगे केड़े, आओ ते दस। तुसी मेनू पढ़ाओ जी बस। हां पहले दस तू अपने फैमिली बारे कौन कौन हैगा। ए बीबी ना छड्डी तू नाल अपनी, अच्छा नाल ही लेके चली क्लास च? हां जी पापा। यार तुसी पढ़ान दा भेजदा, मैडम दा थोड़ियां गल्लां करी जांदी है। और पापा ये पूछी जांदी है भी कौन कौन है? ओ मैं नहीं पढ़ना डैडी, यार तुसी पढ़ लो आगे। डैडी अगो खुश होई जांदा। मना मना सर, काके दी एडमिशन नॉन अटेंडिंग च कर दो, इन्नू बुलाण दी लोड़ नहीं है। थैंक यू सो मच जी। वी गाना सुनाओगे जी? ਚਲੋ ਜੇ ਗਾਣਾ ਹੜੀ ਜੈਮਨਪ੍ਰੀਤ ਮੈਮ ਸੁਣਾਂਗੇ, ਬਹੁਤ ਵਧੀਆ ਸੁਣਾਉਂਦੇ ਆ। ਕਿਹੜੇ ਮੈਡਮ? ਜੈਮਨਪ੍ਰੀਤ। ਹਾਂ ਜੈਮਨ ਮੈਡਮ ਪ੍ਰੀਤ ਤੋਂ ਸੁਣਦਾ ਜੀ। ਆ ਲਓ ਜੀ ਪਿਓਰ ਰੂਟ ਸੁਣੋ, ਤੁਹਾਨੂੰ ਗਿਫਟ ਐਂਪਰ, ਗੋਡ ਬlesਸ ਯੂ, ਬਾਬਾ ਜੀ ਤਰੱਕੀ ਦੇਣ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ ਜੀ? ਅਰਪਨਾ। ਅਰਪਨਾ, ਹਾਂਜੀ। ਓਕੇ, ਕਿੱਥੋਂ ਬਿਲੋਂਗ ਕਰਦੇ ਹੋ? ਸਰ ਮੈਂ ਬੇਸਿਕਲੀ ਚੰਡੀਗੜ੍ਹ ਦੀ ਹਾਂ। ਅੱਛਾ ਜੀ। ਬਟ ਮੈਰਿਡ ਹਾਂ। ਅੱਛਾ, ਕਦੇ ਐ ਹੋਇਆ ਵੀ ਤੁਸੀਂ ਜਿਵੇਂ ਆਪਣੇ ਸਰਦਾਰ ਸਾਹਿਬ ਨੂੰ ਕਹਿ ਕੇ ਗਏ ਹੋ ਵੀ ਮੈਂ ਚੱਲੀ ਆ ਪੇਕੇ? ਹਾਂਜੀ। ਤੁਸੀਂ ਗਏ ਹੋ ਸਿਰਫ 2 ਦਿਨ ਵਾਸਤੇ, ਤੁਸੀਂ ਮੁੜ ਕੇ 5 ਦਿਨ ਮੁੜੋ ਹੀ ਨਾ।
ਇੱਧਰ ਸਰਦਾਰ ਸਾਹਿਬ ਔਖੇ ਹੋ ਗਏ ਹੋਣੇ ਆ ਵੀ ਆਉਂਦੀ ਕਿਉਂ ਨਹੀਂ, ਪਿੱਛੋਂ ਔਖਾ ਵੀ ਹੁੰਦਾ ਜੀ ਬੰਦੇ ਦਾ, ਹੋਇਆ ਕਦੇ ਹੈ? ਨਹੀਂ ਸਰ, ਕਦੇ ਨਹੀਂ ਹੋਇਆ। ਅੱਛਾ, ਇੱਥੇ ਖੜੇ ਆ। ਕਿੱਥੇ ਖੜੇ ਨੇ? ਜਦੋਂ ਵਿਆਹ ਹੋ ਜਾਏ ਬੰਦਾ ਮਗਰ ਹੀ ਹੁੰਦਾ ਜੀ ਫਿਰ। ਖੁਸ਼ੀ ਹੈ? ਹਾਂ ਜੀ ਖੁਸ਼ੀ ਹੈ। ਠੀਕ ਹੋ? ਕਿੱਦਾਂ ਲੱਗੀ ਨੇਚਰ ਇਹਨਾਂ ਦੀ? ਠੀਕ ਹੈ, ਵਧੀਆ। ਪਹਿਲਾਂ ਤਾਂ ਵਧੀਆ ਚਾਹ ਸੀ ਵਿਆਹ ਦਾ? ਉਹ ਤਾਂ ਸਾਰਿਆਂ ਨੂੰ ਹੁੰਦਾ ਪਹਿਲੇ ਪਹਿਲਾਂ। ਹੁਣ ਬਸ ਹੋ ਗਿਆ। ਹਾਂ ਠੀਕ ਹੈ, ਚਲੋ ਖੜੋ ਖੜੋ ਖੜੋ। ਆ ਲਓ ਜੀ, ਆ ਲਓ, ਪਿਓਰ ਰੂਟ ਸੁਣੋ, ਤੁਹਾਡੇ ਲਈ ਨਹੀਂ ਆਏ ਜੀ, ਪਿਓਰ ਰੂਟ ਸੁਣੋ, ਤੁਹਾਨੂੰ ਗਿਫਟ ਐਂਪਰ ਬਾਬਾ ਜੀ ਤਰੱਕੀ ਦੇਣ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਸ਼ੁਭ ਨਾਮ ਜੀ? ਮੇਰਾ ਨਾਮ ਜੈਮਨਪ੍ਰੀਤ ਕੌਰ ਹੈ। ਅੱਛਾ, ਤੁਹਾਡੀ ਸਿਫਤ ਹੋਈ ਸੀ, ਵਧੀਆ ਗਾਉਣੀ ਹੋ ਜੀ। ਹਾਂਜੀ, ਚਲੋ ਸੁਣਾਓ ਜੀ ਮੈਡਮ। ਮੈਂ ਤੇਰੀ ਤੂੰ ਮੇਰਾ ਛੱਡਣਾ ਜਾਵੀ ਵੇ, ਜੋ ਅੱਲੜ ਬੁਣੇ ਵਿੱਚ ਲਾਈਆਂ ਤੋੜਨ ਵਾਵੀ ਵੇ ਹਾਏ। ਮੈਂ ਤੇਰੀ ਤੂੰ ਮੇਰਾ ਛੱਡਣਾ ਜਾਵੀ ਵੇ, ਜੋ ਅੱਲੜ ਬੁਣੇ ਵਿੱਚ ਲਾਈਆਂ ਤੋੜਨ ਵਾਵੀ ਵੇ ਹਾਏ। ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਗਾਇਆ ਤੁਸੀਂ, ਪਿਓਰ ਰੂਟਸ ਵੱਲੋਂ ਤੁਹਾਨੂੰ ਗਿਫਟ ਹੈ ਫਿਰ ਬਾਬਾ ਜੀ ਤਰੱਕੀ ਦੇਣ, ਬਹੁਤ ਸੋਹਣੀ ਆਵਾਜ਼। ਖੜੋ ਜੀ, ਖੜੋ 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 ਬਾਬਾ ਜੀ, ਛੱਡ ਦਿਓ ਹੁਣ ਹੱਥ ਦਿਖਾ ਤਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਲਓ ਜੀ, ਮੈਂ ਤੁਹਾਨੂੰ ਦੱਸਦਾ, ਅੱਜ ਜਿੰਨਾ ਵੀ ਸ਼ੂਟ ਕੀਤਾ ਸਰ ਨੇ ਬਹੁਤ ਹੈਲਪ ਕੀਤੀ ਹੈ, ਔਰ ਸਰ ਆਰਮੀ ਤੋਂ ਰਿਟਾਇਰ ਨੇ ਸਰ, ਸਰ ਮਾਰੋ ਅੰਗਰੇਜ਼ੀ ਇੱਕ ਵਾਰ ਘੁਮਾ ਕੇ। ਥੈਂਕ ਯੂ ਆਲ ਸਟੂਡੈਂਟਸ ਗਰਲਸ ਗੁੱਡ ਕੋਪਰੇਟ। I am the detail of the ARNI University corporate news MHG. Sir da roh bahut hai ji, baki jinna roh hai usto taan di angrezi hai. All faculty aur main inanu apna guru dharna, jidda ni meri angrezi udda hi sardi hai. Okay okay yaar, oh holi war ji, tonu main ik sandesh dena chahnda, all army person the strong man, after education you join the Indian army, desh ki seva ke khatir ਕਿਸੇ ਕੋ ਤੋ ਸੀਨਾ ਆਗੇ ਧਾਰਨਾ ਪੜੇਗਾ। ਕਿਆ ਆਈ ਐਮ ਪ੍ਰਾਊਡ ਆਫ ਦੈਟ, ਆਈ ਐਮ ਮੈਚ ਨਿਊ। ਥੈਂਕ ਯੂ ਥੈਂਕ ਯੂ। ਓਕੇ ਹਾਂਜੀ ਬਾਬਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਵਿਜੇਤਾ ਸ਼ਰਮਾ ਹੈ। ਵਿਜੇਤਾ ਮੈਮ, ਹਾਂਜੀ। ਤੁਸੀਂ ਕੀ ਪੜਾਉਂਦੇ ਹੋ ਜੀ? ਮੈਂ ਇੱਥੇ ਬਾਇਓਟੈਕਨੋਲੋਜੀ ਡਿਪਾਰਟਮੈਂਟ ਵਿੱਚ ਪ੍ਰੋਫੈਸਰ ਹਾਂ। ਕੀ ਸ਼ੌਂਕ ਨੇ ਤੁਹਾਡੇ ਗਾਉਣ ਦਾ, ਕੋਈ ਸ਼ਾਇਰ ਸ਼ਾਇਰੀ? ਪੋਇਮ ਗਾਣਾ ਚਾਹੂੰਗੀ। ਹਾਂਜੀ, ਜੁਨੀ ਜੁਨੀ ਯੈਸ ਬਾਬਾ। ਹਾਂਜੀ ਪੰਜਾਬੀ ਵਿੱਚ, ਪੰਜਾਬੀ ਤੁਹਾਡਾ ਸ਼ੋਅ ਹੈ ਤੇ ਪੰਜਾਬੀ ਗਾਉਂਗੀ। ਆਉਣ ਦੋ ਜੀ, ਆਉਣ ਦੋ। ਕਈ ਹਾਰ ਕੇ ਵੀ ਨੇ ਜਿੱਤ ਜਾਂਦੇ, ਕਈ ਹਾਰ ਕੇ ਵੀ ਨੇ ਜਿੱਤ ਜਾਂਦੇ, ਕਈ ਜਿੱਤੀ ਬਾਜੀ ਗਵਾ ਜਾਂਦੇ, ਕਈ ਵਾਰਦੇ ਨੇ ਜਾਣ ਸਰਹੱਦਾਂ 'ਤੇ, ਕਈ ਵਾਰਦੇ ਨੇ ਜਾਣ ਸਰਹੱਦਾਂ 'ਤੇ, ਕਈ ਪੈਸਿਆਂ ਪਿੱਛੇ ਜਾਣ ਗਵਾ ਜਾਂਦੇ, ਕਈ ਜਿੱਤਦੇ ਮੈਡਲ ਦੌੜਾਂ ਵਿੱਚ, ਕਈ ਜਿੱਤਦੇ ਮੈਡਲ ਦੌੜਾਂ ਵਿੱਚ, ਕਈ ਤੁਰਨੋਂ ਵੀ ਰਹਿ ਜਾਂਦੇ, ਕਿਸੇ ਮਿਲਦੀ ਚੋਪੜੀ ਹਰ ਵੇਲੇ, ਕਈ ਰੁੱਖੀ ਮਿੱਸੀ ਖਾ ਕੇ ਹੀ ਗੁਜ਼ਾਰਾ ਕਰ ਲੈਂਦੇ, ਕਈ ਰਹਿੰਦੇ ਕੋਠੀਆਂ ਮਹਿਲਾਂ 'ਚ, ਕਈ ਰਹਿੰਦੇ ਕੋਠੀਆਂ ਮਹਿਲਾਂ 'ਚ, ਕਈਆਂ ਦੇ ਛਤਨੀ ਸਿਰੀ ਉੱਤੇ, ਕਈ ਸੋਂਦੇ ਫੁੱਲਾਂ ਦੀ ਸੇਜ ਉੱਤੇ, ਕਈ ਸੜਕਾਂ 'ਤੇ ਹੀ ਸੁੱਤੇ ਰਹਿ ਜਾਂਦੇ। ਰੱਬ ਕਰੇ ਸਭ ਨੂੰ, ਸਭ ਦਾ ਸੂਰਜ ਇਹੋ ਜਿਹਾ ਚੜ੍ਹਦਾ ਰਹੇ, ਇੱਕੋ ਜਿਹਾ ਚੜ੍ਹਦਾ ਰਹੇ, ਇਹੀ ਬਸ ਦੁਆ ਹੈ ਸਰ। ਥੈਂਕ ਯੂ ਸੋ ਮਚ ਜੀ, ਪਿਓਰ ਰੂਟ ਸੁਣੋ, ਤੁਹਾਨੂੰ ਗਿਫਟ ਐਂਪਰ, ਬਹੁਤ ਸੋਹਣਾ ਮੈਸੇਜ, ਬਹੁਤ ਸੋਹਣੀ ਪੋਇਮ, ਬਾਬਾ ਜੀ ਤਰੱਕੀ ਦੇਣ, ਧੰਨਵਾਦ ਤੁਹਾਡਾ ਬਹੁਤ ਸਾਰਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ ਜੀ? ਵਧੀਆ ਜੀ। ਤੁਹਾਡਾ ਸ਼ੁਭ ਨਾਮ ਜੀ? ਹਕੀਕਤ ਸਿੰਘ ਢਿੱਲੋਂ। ਢਿੱਲੋਂ ਸਾਹਿਬ, ਵਿਆਹ ਹੋ ਗਿਆ ਜੀ? ਹਾਂਜੀ, ਤਾਂ ਹੀ ਬਾਲ ਮੈਂ ਕਹਿੰਦਾ ਸੀ। ਚਲੋ ਕੋਈ ਨਹੀਂ, ਮੇਰੇ ਤੇ ਵੀ ਵਾਰੀ ਆਉਣੀ ਹੈ, ਜ਼ਿੰਦਗੀ ਝੜ ਜਾਂਦੀ ਹੈ ਵਿਆਹ ਤੋਂ ਬਾਅਦ ਤੇ ਬਾਲਾਂ ਦਾ ਕੀ। ਕੀ ਸ਼ੌਂਕ ਨੇ ਤੁਹਾਡੇ? ਸ਼ੌਂਕ ਜੀ ਕ੍ਰਿਕਟ ਦਾ, ਗਾਉਣ ਦਾ, ਸ਼ੇਰੋ ਸ਼ਾਇਰੀ। ਗੀਤ ਆ ਜਾਓ। ਸੋਹਣਿਓ ਨਾਰਾਜ਼ਗੀ ਤੇ ਨਹੀਂ, ਸੋਹਣਿਓ ਨਾਰਾਜ਼ਗੀ ਤੇ ਨਹੀਂ, ਗੱਲ ਦਿਲ ਦੀ ਜੇ ਇੱਕ ਕਹਿ ਦਿਆਂ, ਤੋੜ ਮੋੜ ਕੇ ਜੇ ਸੁੱਟੋਂਗੇ ਤਾਂ ਨਹੀਂ, ਉਹ ਤੋੜ ਮੋੜ ਕੇ ਤੇ ਸੁੱਟੋਂਗੇ ਤਾਂ ਨਹੀਂ, ਤੁਹਾਡੇ ਗਲ ਨੂੰ ਜੇ ਗਾਨੀ ਲੈ ਦਿਆਂ। ਥੈਂਕ ਯੂ ਸੋ ਮਚ ਬਾਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਖੜੋ ਜੀ, ਖੜੋ ਖੜੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿੱਦਾਂ ਜੋਸ਼ੀ ਸਰ ਜੀ? ਬਹੁਤ ਵਧੀਆ ਜੀ। ਬੁਰੀ ਹੈ ਜੀ, ਫੈਨ ਫੋਲੋਇੰਗ ਹੈ ਜੀ? ਉਹ ਬਸ ਪਿਆਰ ਹੈ ਜੀ, ਪਿਆਰ ਜਿੰਨਾ ਪਿਆਰ ਵੰਡੋਗੇ ਉਹਨਾਂ ਮਿਲੇਗਾ। ਪਿਆਰ ਬਹੁਤ ਨਾ ਵੰਡੋ ਜੀ, ਮੈਰਿਡ ਹੋ ਜੀ? ਹਾਂਜੀ ਜੀ, ਤਾਂ ਹੀ ਕਹਿੰਦਾ ਜੀ। ਨਹੀਂ ਨਹੀਂ, ਮੈਡਮ ਨੇ ਘਰ ਕਮੀਜ਼ ਕੱਪੜੇ ਪ੍ਰੈਸ ਕਰਕੇ ਭੇਜਿਆ ਅੱਜ। ਅੱਛਾ ਅੱਛਾ। ਤੇ ਮੇਰੇ ਮੈਡਮ ਬਬੀਤਾ ਸ਼ਰਮਾ ਲਈ ਮੈਂ ਗੀਤ ਵੀ ਗਾਵਾਂਗਾ। ਉਹਨਾਂ ਲਈ ਗਾਉਂਗੇ ਹੁਣ, ਵਿਆਹ ਹੋ ਗਿਆ। ਕੀ ਨਾਂ ਹੈ ਜੀ ਉਹਨਾਂ ਦਾ? ਉਹਨਾਂ ਦਾ ਬਬੀਤਾ ਸ਼ਰਮਾ ਜੀ। ਬਬੀਤਾ ਸ਼ਰਮਾ ਜੀ, ਹਾਂਜੀ, ਆਉਣ ਦੋ ਭਰਾ। ਹੋ ਜਿਵੇਂ ਚੰਨ ਤੇ ਚਕੋਰ, ਜਿਵੇਂ ਗੜਵਾ ਤੇ ਮੋਰ, ਜਿਵੇਂ ਹੁੰਦਾ ਪਰਦੇਸੀ ਨੂੰ ਗਰਾਂ, ਨਹੀਂ ਇੰਨਾ ਤੈਨੂੰ ਪਿਆਰ ਕਰਾਂ, ਨਹੀਂ ਇੰਨਾ ਤੈਨੂੰ ਪਿਆਰ ਕਰਾਂ,
ਰੱਬ ਨਾ ਕਦੇ ਵੇ ਭੈਣ ਦਿਲਾਂ ਵਿੱਚ ਦੂਰੀਆਂ, ਭੁੱਲਣੇ ਨੀ ਸਾਨੂੰ ਕਦੇ ਗਿਲੇ ਮਜਬੂਰੀਆਂ। ਜਦੋਂ ਇਹ ਭਾਈ ਭਰਜਾਈ ਦੇ ਘਰੇ ਗਏ, ਕਹਿੰਦੇ ਮੁੰਡੇ ਨੂੰ ਕੀ ਆਉਂਦਾ, ਇਹਨਾਂ ਨੇ 15 ਦਾ ਪਹਾੜਾ ਸੁਣਾਇਆ। ਅੱਗੋਂ ਇਹਨਾਂ ਦੇ ਸਹੁਰਾ ਸਾਹਿਬ ਕਹਿੰਦੇ ਕੁੜੀ ਇੱਧਰ ਹੀ ਵਿਆਹਣੀ ਹੈ। ਚਲੋ ਕੁਛ ਨਾ ਕੁਛ ਮੈਂ ਕਰਨਾ ਹੀ ਪੈਂਦਾ, ਕਰਨਾ ਹੀ ਪੈਂਦਾ ਜੀ, ਅਲੱਗ ਅਲੱਗ ਚੀਜ਼ ਹੈ ਜੀ ਨਾਲੇ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਜੋਸ਼ੀ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕਿੱਦਾਂ ਜੀ? ਠੀਕ ਹੈ ਜੀ। ਕੀ ਨਾਂ ਤੁਹਾਡਾ? ਰਜਿੰਦਰ ਮਨਾਸ। ਇਹ ਵਿਆਹ ਕਰਾ ਲੈਣਾ ਚਾਹੀਦਾ ਕਿ ਨਹੀਂ? ਵਿਆਹ ਰੋਟੀ ਮਿਲ ਜਾਂਦੀ ਪੱਕੀ ਪਕਾਈ ਕਰਨਾ ਚਾਹੀਦਾ। ਹੋਰ ਕੀ ਹੈ? ਜ਼ਿੰਮੇਦਾਰੀ ਮਿਲਦੀ ਹੋਰ। ਜ਼ਿੰਮੇਦਾਰੀ ਮਾਈਨਸ ਪੁਆਇੰਟ ਕੀ ਹੈ ਵਿਆਹ ਦੇ? ਗਾਲਾਂ ਬਹੁਤ ਪੈਂਦੀਆਂ ਮਿਸਿਸ। ਕਿੰਨੇ ਚਿਰ ਬਾਅਦ ਗਾਲਾਂ ਪੈ ਜਾਂਦੀਆਂ? ਡੇਢ ਸਾਲ ਬਾਅਦ। ਡੇਢ ਸਾਲ ਬਾਅਦ? ਫਿਰ ਤਾਂ ਕੋਈ ਚੱਕਰ ਨਹੀਂ। ਜਦੋਂ ਵਿਆਹਣਾ ਸੀਗਾ ਤੁਸੀਂ ਇਹ ਸੋਚਿਆ ਨਹੀਂ ਵੀ ਯਾਰ ਇਹ ਫੌਜੀ ਸਕੂਲ 'ਚ ਪੜ੍ਹੀ ਹੈ, ਕੱਲ੍ਹ ਨੂੰ ਆਪਣੇ ਡਰ ਨਹੀਂ ਲੱਗਿਆ? ਤਾਂ ਨਹੀਂ, ਮੈਂ ਇਹੀ ਸੋਚ ਕੇ ਗਿਆ, ਮੈਂ ਕਿਹਾ ਕੇਵੀ ਦੀ ਪੜ੍ਹੀ ਹੋਈ ਹੈ, ਚੰਗੀ ਹੋਏਗੀ। ਅੱਛਾ, ਕੇਵੀ ਦੀ ਪੜ੍ਹੀ ਹੈ, ਚੰਗੀ ਹੋਏਗੀ। ਹਾਂਜੀ, ਪਰ ਸਰ ਚੇਤਰ ਕੇ ਪ੍ਰੋਗਰਾਮ ਉਹਨੇ ਵੇਖਣਾ ਗਏ। ਪ੍ਰੋਗਰਾਮ ਉਹਦੇ ਲਈ ਹੋਈ ਹੈ ਜੀ? ਇਹ ਉਹਨੇ ਹੀ ਵੇਖਣਾ ਸਰ, ਪੰਗਾ ਫਿਰ ਪੈਣਾ ਹੈ। ਚਲੋ ਬਹੁਤ ਵਧੀਆ, ਹਾਸੇ ਮਜ਼ਾਕ ਇੱਕ ਪਾਸੇ, ਗੋਡ ਬਲੈਸ ਯੂ ਬੋਥ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਸਾਡਾ ਯੂਥ ਬਹੁਤ ਜੁੜਿਆ ਹੋਇਆ ਜੀ ਇਸ ਪ੍ਰੋਗਰਾਮ ਦੇ ਨਾਲ, ਵੱਡੇ ਵੀ ਜੁੜੇ ਹੋਏ ਨੇ, ਯੂਥ ਨੂੰ ਕੀ ਮੈਸੇਜ ਦੋਗੇ ਜੀ ਅੱਜ ਦੇ ਯੂਥ ਨੂੰ ਤੁਹਾਡੇ ਵੱਲੋਂ? ਇਹੀ ਹੈ ਕਿ ਅਨਇੰਪਲੋਇਮੈਂਟ ਨਹੀਂ ਹੈ ਹਿੰਦੁਸਤਾਨ ਮੇਂ, ਹਮ ਜੋ ਕਹਤੇ ਹੈ ਬਿਲਕੁਲ, ਦਿੱਕਤ ਤੋ ਸਕਿਲਸ ਕੀ ਹੈ? ਸਕਿਲ ਦੀ। ਲੋਕ ਸਕਿਲਫੁਲ ਨਹੀਂ ਹੈ ਇਸ ਲਈ ਅਨਇੰਪਲੋਇਮੈਂਟ ਹੈ, ਜਿਸਕੇ ਪਾਸ ਸਕਿਲਸ ਹੈ ਉਸਕੋ ਇੰਪਲੋਇਮੈਂਟ ਕੀ ਕੋਈ ਕਮੀ ਨਹੀਂ ਹੈ। ਥੈਂਕ ਯੂ ਸੋ ਮਚ, ਵਧੀਆ ਲੱਗਿਆ ਸਰ ਗੱਲ ਕਰਕੇ, ਥੈਂਕ ਯੂ ਸੋ ਮਚ। ਲਓ ਜੀ, ਤੁਹਾਨੂੰ ਜਾਣ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਚਾਰ ਗੱਭਰੂਆਂ ਦਾ ਭੰਗੜਾ, ਸਵਰਨ ਯੂਨੀਵਰਸਿਟੀ ਦੇ ਉਹ ਗੱਭਰੂ ਜਿਹੜੇ ਤੁਹਾਨੂੰ ਕਰਕੇ ਦਿਖਾਉਣਗੇ ਜੀ ਭੰਗੜਾ। ਆ ਜਾਓ ਵੀ ਗੱਭਰੂ, ਚਲੋ ਜੀ ਅਗਲੇ ਹਫ਼ਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ, ਕੀਪ ਸਪੋਰਟਿੰਗ ਐਮਐਚਓਨ ਤੇ ਕੰਟੀਨੀ ਮੰਡੀਰ, ਦੇਖਦੇ ਰਹੋ ਵਿੱਚ ਇਜ਼ ਪ੍ਰੈਜੈਂਟਡ ਬਾਈ ਪਿਓਰ ਰੂਟਸ ਗੋਲਡ ਕਰੀਮ ਬਲੀਚ। ਅਗਲੇ ਹਫ਼ਤੇ ਨਵੇਂ ਕਾਲਜ ਦੇ ਵਿੱਚ ਰੌਣਕਾਂ ਲੱਗਣਗੀਆਂ ਰਵਨੀਤ ਵੱਲੋਂ। ਬਾਏ ਬਾਏ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਨੀਤ, ਥੈਂਕ ਯੂ ਸੋ ਮਚ ਤੁਸੀਂ ਸ਼ੋਅ ਨੂੰ ਇੰਨਾ ਪਿਆਰ ਕਰਦੇ ਹੋ, ਨਾਲ ਦੇ ਨਾਲ ਐਮਐਚਓਨ ਕੰਟੀਨੀ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ, ਨਾਲੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅਗਲੇ ਸ਼ੋਅਜ਼ ਦੀਆਂ ਜਿਹੜੀਆਂ ਨੋਟੀਫਿਕੇਸ਼ਨ ਹੈਗੀਆਂ ਉਹ ਤੁਹਾਨੂੰ ਮਿਲ ਜਾਣ। ਸਤਿ ਸ਼੍ਰੀ ਅਕਾਲ ਜੀ।